ਬੱਲੇ 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 ਮਾਣੋ ਚਾਲ ਵਾਲਾ ਨੌਜਵਾਨ ਅਗਲੀ ਰੇਡ ਪਾਉਣ ਦੇ ਲਈ ਪਧਿਆ ਹੋਇਆ ਵੀ ਦਰਸ਼ਕੋ ਜੇ ਚੋਣੇ ਅਰਸ਼ ਜੱਫਾ ਲਾਵੇ ਇੱਕ ਵਾਰੀ ਤਾੜੀ ਮਾਰੋ ਜ਼ੋਰਦਾਰ ਲੈ ਵੀ ਚੋਲੇ ਵਾਲਿਆ ਲੋਕ ਚਾਹੁੰਦੇ ਆ ਵੀ ਮੁੰਡਾ ਸਾਹਮਣੇ ਹੋ ਕੇ ਜੱਫਾ ਲਾ ਕੇ ਬੱਲੇ ਬੱਲੇ ਕਰਾਵੇ ਨਾ ਅਰਸ਼ ਚੋਲੇ ਵਾਲਾ ਕਬੱਡੀ ਦੇ ਡੀ ਟੀ ਓ ਦਾ ਖਿਤਾਬ ਮਿਲਿਆ ਉਹ ਬੱਲੇ 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 ਅਗਲੀ ਰੇਡ ਪਾਉਣ ਦੇ ਲਈ ਪਧਿਆ ਹੋਇਆ ਜੇ ਚੋਣੇ ਅਰਸ਼ ਜੱਫਾ ਲਾਵੇ ਇੱਕ ਵਾਰੀ ਤਾੜੀ ਮਾਰੋ ਜ਼ੋਰਦਾਰ ਲੈ ਵੀ ਚੋਲੇ ਵਾਲਿਆ ਲੋਕ ਚਾਹੁੰਦੇ ਆ ਵੀ ਮੁੰਡਾ ਸਾਹਮਣੇ ਹੋ ਕੇ ਜੱਫਾ ਲਾ ਕੇ ਬੱਲੇ ਬੱਲੇ ਕਰਾਵੇ ਨਾ ਅਰਸ਼ ਚੋਲੇ ਵਾਲਾ ਕਬੱਡੀ ਦੇ ਡੀ ਟੀ ਓ ਦਾ ਖਿਤਾਬ ਮਿਲਿਆ ਉਹ ਬੱਲੇ 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 ਚੋਲੇ ਵਾਲੇ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਲੈ ਵੀ ਉਧਰ ਨਾਰਲੀ ਪਿੰਡ ਤੋਂ ਸਾਡੇ ਬਾਬਾ ਜੀ ਵੱਡਾ ਪਿਆਰ ਦੇ ਕੇ ਬਹੁਤ ਬਹੁਤ ਧੰਨਵਾਦ ਹੈ ਮਨਦੀਪ ਕਰ ਵੀ ਗੱਲ ਵਾਕਈ ਚੋਲੇ ਵਾਲੇ ਨੇ ਕਮਾਲ ਕਰਤੀ ਹੈ ਕਿ ਗੁਰੂ ਘਰੇ ਕੀਤੀ ਹੋਵੇ ਦਾਨ ਜਿਹੜੀ ਚੀਜ਼ ਉਹਦੇ ਤੇ ਨਾਂ ਨਹੀਂ ਲਿਖਾਈ ਦੇ ਸੱਪ ਸਾਧ ਜੱਟ ਕੰਨੇ ਬੁਰੇ ਜਿਗੜੇ ਬਹੁਤੇ ਨਹੀਂ ਸਤਾਈ ਦੇ ਲਓ ਅਲਗੋ ਕੋਠੀ ਵਾਲਾ ਹੋ ਗਿਆ ਸਾਹਮਣੇ ਉਹ ਵਾਏ ਨੌਜਵਾਨਾਂ ਜਦੋਂ 21 ਪੌਣ ਸ਼ਰੀਕ ਤੇ 31 ਪੌੜੀ ਪੈਂਦੀ ਹੈ ਮੁੰਡੇ ਨੇ 21 ਵੀ 31 ਮੋੜੀ ਹੈ ਹਠੂਰ ਵਾਲਿਆ ਲੋਕ ਚਾਹੁੰਦੇ ਹੈ ਵੀ ਇੱਕ ਨੂੰ ਜ਼ਰੂਰ ਬੱਲੇ ਬੱਲੇ ਕਰਾਵੇ ਜਾਂ ਕਹਿੰਦੇ ਕੱਚੇ ਪੱਕੇ ਵਾਲੇ ਮਨਦੀਪ ਨੂੰ ਤੇ ਨਾਲ ਪੂਲੇ ਵਾਲਾ ਅਰਸ਼ ਉਹ ਹੋ ਗਿਆ ਸਾਹਮਣੇ ਹਠੂਰ ਵਾਲਾ ਉਹ ਬੱਲੇ 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 ਵਾਹ ਓਏ ਨੌਜਵਾਨਾਂ ਐਨ ਕਹਿੰਦੇ ਮੁੰਡੇ ਨੇ ਤੁੰਨ ਕੇ ਜੱਫਾ ਲਾਇਆ ਐਨ ਕਹਿੰਦੇ ਮੁੰਡੇ ਨੇ ਤੁੰਨ ਕੇ ਜੱਫਾ ਲਾਇਆ ਮੇਰੇ ਵੀਰੋ ਲਓ ਰੂਸੀ ਦੀ ਪਈ ਹੋਈ ਰੇਡ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਰਾਣੀ ਬਲਾਹ ਪਿੰਡ ਇਸ ਨੌਜਵਾਨ ਦਾ ਉਧਰ ਕੱਚੇ ਪੱਕੇ ਵਾਲਾ ਜਾਂ ਫਿਰ ਚੋਕੇ ਵਾਲੀ ਆ ਜਾਂ ਫਿਰ ਪੂਲੇ ਵਾਲਾ ਜਾਂ ਫਿਰ ਚੌਥੇ ਨੇ ਕਹਿੰਦੇ ਅਲਗੋ ਵਾਲੇ ਨੇ ਕੋਸ਼ਿਸ਼ ਕਰਨੀ ਹੈ ਲਓ ਅਲਗੋ ਵਾਲਾ ਨੌਜਵਾਨ ਗੱਭਰੂ ਇਸ ਵੇਲੇ ਜੱਫਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਖੇਡ ਮੈਦਾਨ ਦੇ ਵਿੱਚ ਛੇੜ ਕਹਾਣੀ ਮੁੰਡੇ ਉਧਰ 15 ਜੇਠ ਤੇ ਦਿਨ ਬੁੱਧਵਾਰ ਹੋਵੇਗਾ ਮਾੜੀ ਮੇਘੇ ਦੀ ਧਰਤੀ ਤੇ ਕਬੱਡੀ ਦੇ ਵੱਡੇ ਮੱਲ ਪੁੱਜਣਗੇ ਸਾਡੇ ਅੰਕਲ ਜੀ ਜਾਣਕਾਰੀ ਦੇ ਵਿੱਚ ਵੱਡਾ ਵਾਧਾ ਕਰ ਗਿਆ 15 ਜੇਠ ਦਿਨ ਬੁੱਧਵਾਰ ਨੂੰ ਰੌਣਕਾਂ ਲੱਗਣਗੀਆਂ ਮਾੜੀ ਮੇਘੇ ਦੀ ਧਰਤੀ ਤੇ ਕਬੱਡੀ ਦੇ ਵੱਡੇ ਮੱਲਾਂ ਦੀ ਗੱਲ ਹੋਵੇਗੀ ਪਰ ਪੁਆਇੰਟ ਇੱਧਰ ਨੌਜਵਾਨ ਦੱਸੋ ਮੱਲੀ ਸਾਹਿਬ ਵੀ ਕਿਹੜੀ ਟੀਮ ਦੇ ਹਿੱਸੇ ਹੈ ਪੁਆਇੰਟ ਸੁਰ ਸਿੰਘ ਦੀ ਟੀਮ ਦੇ ਹਿੱਸੇ ਜੁੜ ਗਿਆ ਉਧਰ ਮਨਜਿੰਦਰ ਵੀਰ ਤੇ ਗੁਰਜੀਤ ਪੱਟੀ ਵਾਲਾ ਤਿੰਨ ਭਰਾ ਕਬੱਡੀ ਦੇ ਨਾਲ ਜੁੜੇ ਹੋਏ ਹੈ ਬੰਦੇ ਟਾਵੇਂ ਟਾਵੇਂ ਲਾਟੇ ਨੇ ਕਹਿੰਦੇ ਕੋਸ਼ਿਸ਼ ਕੀਤੀ ਪਰ ਪੁਆਇੰਟ ਰੇਡਰ ਦਾ ਅਗਲੀ ਰੇਡ ਮੁੰਡਾ ਬੰਨ ਕੇ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਲਓ ਪਈ ਹੋਈ ਰੇਡ ਪੂਰੀ ਬੱਲੇ 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 ਅਰਸ਼ ਪੂਲੇ ਵਾਲਾ ਓ ਓ ਨੌਜਵਾਨਾਂ ਰੇਡਾਂ ਭਾਵੇਂ ਲੱਖ ਪੈਂਦੀਆਂ ਗੱਲ ਮੁੱਕਣੀ ਆ ਜੱਫਿਆਂ ਤੇ ਜਾ ਕੇ ਦਰਸ਼ਕੋ ਮੈਚ ਫਸ ਗਿਆ ਲਓ ਨੌਜਵਾਨ ਚੋਲੇ ਵਾਲਾ ਕਬੱਡੀ ਪਾ ਰਿਹਾ ਜਾਫੀ ਚਾਰਾ ਲੈ ਲਿਆ ਲੋਕਾਂ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਵੀ ਤਾੜੀਆਂ ਮਾਰ ਦੋ ਉਧਰ ਸਾਡੇ ਲਖਵੀਰ ਸਿੰਘ ਦੀ ਕਾਸ਼ੀਆਂ ਵੱਲੋਂ ਏਕਮ ਦੇ ਜੱਫੇ ਦੇ 500 ਹੋਊਗਾ
ਏਕਮ ਨੇ ਜੱਫੇ ਦਾ 500 ਉਹ ਬੱਲੇ 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 ਥੂਰ ਵਾਲਾ ਵੇਖੋ ਉਹ ਲੱਗ ਗਿਆ ਜੱਫਾ ਮੇਰੇ ਵੀਰੋ ਠੂਰ ਵਾਲੇ ਨੇ ਜੱਫਾ ਲਾ ਦਿੱਤਾ ਮੰਨਾ ਸਾਡਾ ਵੀਰ ਸਾਈਪ੍ਰਸ ਤੋਂ ਜੁੜਿਆ ਹੋਇਆ ਹਰਚਰਨ ਬਾਬੜ ਹੋਣੀ ਸਾਡੇ ਵੀਰ ਵੱਡਾ ਪਿਆਰ ਗੋਪੀ ਹੋਣੀ ਸਾਡੇ ਵੀਰ ਉਧਰ ਸਾਡੇ ਗੁਰਸਾਹਿਬ ਸਿੰਘ ਜੀ ਕਿਸਾਨ ਯੂਨੀਅਨ ਵਾਲੇ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਮੰਨੇ ਦੀ ਪਈ ਹੋਈ ਰੇਡ ਤੇ ਮੰਨਦੇ ਪਹਿਲਾ ਜੱਫਾ ਮੇਰੇ ਵੀਰੋ ਪਹਿਲਾ ਜੱਫਾ ਕੱਲਾ ਪੱਕੇ ਵਾਲੇ ਨੇ ਜੱਫਾ ਲਾ ਦਿੱਤਾ ਕੱਚੇ ਪੱਕੇ ਵਾਲੇ ਨੇ ਜੱਫਾ ਲਾ ਦਿੱਤਾ ਤਾਂ ਗਰਾਊਂਡ ਕਲੀਅਰ ਕਰੋ ਯਾਰ ਮੈਚ ਪੂਰਾ ਫਸਿਆ ਪਿਆ ਗਰਾਊਂਡ ਕਲੀਅਰ ਕਰ ਦਿਓ ਮੇਰੇ ਵੀਰ ਜਿਹੜੇ ਸਪੇਅਰ ਖਿਡਾਰੀ ਉਹ ਵੀ ਸਾਈਡ ਤੇ ਜੋ ਹੱਥ ਬਣ ਕੇ ਬੇਨਤੀ ਹੈ ਗੁਰਲਾਲ 16 ਵਾਲਾ ਮੇਰੇ ਵੀਰ ਆ ਗਿਆ 16 ਵਾਲਾ ਗੁਰਲਾਲ ਲੈ ਵੀ ਏਕਮ ਕਰਨਾ ਪਊਗਾ ਕੁਛ ਨੌਜਵਾਨਾਂ ਜਾਂ ਕਿਹੜੇ ਕੱਚੇ ਪੱਕੇ ਵਾਲੇ ਤੋਂ ਹੁਣ ਦੇਖੋ ਬੱਲੇ ਬੱਲੇ ਕਿਹੜਾ ਮੁੰਡਾ ਕਿਹੜਾ ਮੁੰਡਾ ਮਨਦੀਪ ਕੱਚੇ ਪੱਕੇ ਵਾਲਾ ਉਹ ਹਾਇਓ ਮੇਰਿਆ ਰੱਬਾ ਹਾਇਓ ਨਿਗਾਹ ਮਾਰ ਕੇ ਨਾ ਦਿਲ ਦੀ ਧੜਕਣ ਵੱਧਦੀ ਹੈ ਉਧਰ ਨਾਰਲੀ ਪਿੰਡ ਤੋਂ ਸਾਡੇ ਬਾਬਾ ਜੀ ਵੱਡਾ ਪਿਆਰ ਦੇ ਕੇ ਬਹੁਤ ਬਹੁਤ ਧੰਨਵਾਦ ਹੈ ਮਨਦੀਪ ਕਰ ਵੀ ਗੱਲ ਵਾਕਈ ਚੋਲੇ ਵਾਲੇ ਨੇ ਕਮਾਲ ਕਰਤੀ ਹੈ ਕਿ ਗੁਰੂ ਘਰੇ ਕੀਤੀ ਹੋਵੇ ਦਾਨ ਜਿਹੜੀ ਚੀਜ਼ ਉਹਦੇ ਤੇ ਨਾਂ ਨਹੀਂ ਲਿਖਾਈ ਦੇ ਸੱਪ ਸਾਧ ਜੱਟ ਕੰਨੇ ਬੁਰੇ ਜਿਗੜੇ ਬਹੁਤੇ ਨਹੀਂ ਸਤਾਈ ਦੇ ਲਓ ਅਲਗੋ ਕੋਠੀ ਵਾਲਾ ਹੋ ਗਿਆ ਸਾਹਮਣੇ ਉਹ ਵਾਏ ਨੌਜਵਾਨਾਂ ਜਦੋਂ 21 ਪੌਣ ਸ਼ਰੀਕ ਤੇ 31 ਪੌੜੀ ਪੈਂਦੀ ਹੈ ਮੁੰਡੇ ਨੇ 21 ਵੀ 31 ਮੋੜੀ ਹੈ ਬੰਦੇ ਤਾਵੇ ਤਾਵੇ ਲਾਟੇ ਨੇ ਕਹਿੰਦੇ ਕੋਸ਼ਿਸ਼ ਕੀਤੀ ਪਰ ਪੁਆਇੰਟ ਰੇਡਰ ਦਾ ਅਗਲੀ ਰੇਡ ਮੁੰਡਾ ਵੱਧ ਕੇ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਲਓ ਪਈ ਹੋਈ ਰੇਡ ਪੂਰੀ ਭੱਲੇ 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 ਅਰਸ਼ ਪੂਲੇ ਵਾਲਾ ਓ ਵਾਏ ਨੌਜਵਾਨਾਂ ਰੇਡਾਂ ਭਾਵੇਂ ਲੱਖ ਪੈਂਦੀਆਂ ਗੱਲ ਮੁੱਕਣੀ ਆ ਜੱਥਿਆਂ ਤੇ ਜਾ ਕੇ ਦਰਸ਼ਕੋ
ਮੈਚ ਫਸ ਗਿਆ।